ਹੁਣ ਚੱਲੇ ਹਾਂ ਜੀ, ਪੰਜਾ ਸਾਹਿਬ ਨੂੰ ਤੁਰਨ ਲੱਗੇ ਹਾਂ। ਸਵੇਰ ਦੇ 8 ਵਜੇ ਹੁਣ ਚੱਲੇ ਹਾਂ ਪੰਜਾ ਸਾਹਿਬ ਨੂੰ। ਹੈਲੋ, ਅੱਜ ਲਾਹੌਰ ਤੋਂ ਚੱਲੇ ਜੀ ਪੰਜਾ ਸਾਹਿਬ ਨੂੰ ਛੱਡ ਚੱਲੇ ਜੀ ਮੱਥਾ ਟੇਕਣ, ਪੰਜਾ ਸਾਹਿਬ ਗੁਰਦੁਆਰਾ। ਕਿੰਨੀ ਕੁ ਦੂਰ ਹੈ ਜੀ ਇੱਥੋਂ ਭਾਅ ਜੀ? ਇੱਥੋਂ ਭਾਅ ਜੀ 4.5 ਘੰਟੇ ਦਾ ਸਫ਼ਰ ਹੈ ਪੰਜਾ ਸਾਹਿਬ, 399 ਕਿਲੋਮੀਟਰ। 399 ਕਿਲੋਮੀਟਰ ਫਰੋਮ ਦਾ ਲਾਹੌਰ, ਰਾਈਟ? ਹਾਈਵੇ ਤੇ ਖੜੇ ਆ ਜੀ, ਚੱਲੇ ਆ ਪੰਜਾ ਸਾਹਿਬ ਨੂੰ। ਇੱਥੇ ਭਾਈ ਸਾਹਿਬ ਨੇ ਤੇਲ ਕਦੂਆ ਹਵਾ ਚੈੱਕ ਕਰਾਉਣ ਦੀ ਨਾ ਰੁਕੇ ਨੇ। ਆ ਟਰੱਕ ਦੇਖ ਲਓ ਜੀ ਪਾਕਿਸਤਾਨ ਦੇ, ਇੱਦਾਂ ਸ਼ਿੰਗਾਰ ਕੇ ਰੱਖਦੇ ਆ। ਚੱਲ ਪਏ ਜੀ ਪੰਜਾ ਸਾਹਿਬ ਨੂੰ। ਮੋਟਰਵੇ M2 ਰਾਈਟ ਆ, ਹਵਾ ਦੇ ਮੋਟਰਵੇ M2। ਅਲ ਨੂਰ ਔਰ ਚਾਂਡ, ਬੈਸਟ ਆਫ ਦ ਲਾਹੌਰ ਵੈਸਟ ਟੂਰ ਪਿਆਰਾ ਦੇਖ ਲਓ ਜੀ। ਟੂਰ ਪਲਾਜ਼ਾ ਬਹੁਤ ਵੱਡਾ ਔਰਚਿਡ ਦਾ ਮਹਿਲ ਨਹੀਂ ਪਰ ਮੁਸਲਿਮ ਨੇਮ ਹੈਗਾ ਇਹ ਤਾਂ, ਇਹਦਾ ਮਤਲਬ ਅਮਰੀਕਨ ਨੇਮ।
ਪੂਰਾ ਸਿੱਧਾ ਹਾਂਜੀ ਨਹੀਂ ਮੈਂ ਭਾਜੀ ਲੈਂਦਾ ਰਹਿੰਦਾ ਵਾ
ਅੱਛਾ ਜੀ ਅੱਛਾ ਦਰਿਆ ਜੇਹਲਮ ਦੇਖ ਲਓ ਜੀ ਜੇਹਲਮ ਰਿਵਰ ਥੋੜਾ ਉੱਚਾ ਕਰਦੇ ਪਾਣੀ ਦਿਖਾਓ ਚਾਰ ਦੇ ਦਰਵਾਜ਼ਾ ਖੋਲ ਕੇ ਇੱਕ ਮਿੰਟ ਨੇ ਦਰਵਾਜ਼ੇ ਨੂੰ ਖੋਲ ਸਿਟੀ
ਚ ਨਹੀਂ ਜਾ ਸਕਦੇ, ਖੁੱਲਾ ਜਿਹੜਾ ਨਾ ਇਸਲਾਮਾਬਾਦ ਦਾ ਟੋਲ ਪਲਾਜ਼ਾ ਜੀ ਹਾਂਜੀ ਹਾਂਜੀ ਕਿਤਨਾ ਹਾਂ ਠੀਕ ਹੈ ਠੀਕ ਹੈ ਓਕੇ ਬੰਦ ਕਰ ਹੋਰ ਪਲਾਜ਼ਾ ਮੋਟਰ ਵੀ ਤਾਂ 10 ਵਜੇ ਤੱਕ ਚੜੇ ਆ ਉੱਥੋਂ ਤਾਂ 2 ਕਿਲੋਮੀਟਰ ਹੋਣਾ ਗੁਰਦੁਆਰੇ ਤੋਂ ਘੱਟੋ ਘੱਟ ਉੱਥੋਂ ਟਾਈਮ ਲੱਗਦਾ ਚੜਾਈ ਆ ਪੈਂਦੀ ਸਾਰਾ ਦਾ ਰਹੀ ਜਾਂਦਾ
ਚੱਲਦੇ ਆ। ਗੁਰਦੁਆਰਾ ਪੰਜਾ ਸਾਹਿਬ ਆ ਗਏ ਜੀ। ਗੁਰਦੁਆਰਾ ਪੰਜਾ ਸਾਹਿਬ ਆ ਜੀ। ਹਾਂਜੀ ਆਹ ਪੱਥਰ ਹੈ ਪੰਜਾ ਲੱਗਾ ਉਹਦੇ ਸਾਹਮਣੇ, ਉਹ ਤੇ ਪੰਜਾ ਲੱਗਿਆ ਬਾਬਾ ਜੀ। ਇਹ ਪੰਜਾ ਸਾਹਿਬ ਗੁਰਦੁਆਰਾ ਜੀ ਹਸਨ ਵਿਸਾਲ ਦਾ। ਆਹ ਇੱਥੇ ਲੱਗਾ ਸਾ ਪੰਜਾ, ਆਹ ਬਾਬਾ ਜੀ ਦਾ ਪੰਜਾ ਜੀ। ਬਾਬਾ ਜੀ ਕੀ ਹਾਲ ਚਾਲ ਹੈ? ਗੋਲ ਚ ਪਾ ਦੇ, ਗੋਲ ਚ ਪਾ ਦੇ, ਅਰਦਾਸ ਕਰਾ ਲਓ, ਸੇਮ ਕੀ ਜੇ ਗੋਲ ਚ ਪਾ ਦੇ।
ਤੇਰੇ ਭਾਣੇ ਸਰਬੱਤਾ ਭਲਾ ਸਰਸਾ ਵਾਹਿਗੁਰੂ ਕੀ ਫਤਿਹ ਸ੍ਰੀ ਅਕਾਲ। ਅੱਛਾ ਜੀ, ਉਹ ਜੀ ਸਾਹਮਣੇ ਪੰਜਾ ਸਾਹਿਬ ਅੱਗੇ ਵੀ ਸਾਨੂੰ ਦਿਖਾ ਲਿਆ, ਉਹ ਜਿੱਥੋਂ ਪਾਣੀ ਨਿਕਲ ਰਿਹਾ ਫਿਸ਼ ਦੇਖ ਲਓ ਇੱਥੇ ਕਿੰਨੀ ਥੱਲੇ ਮੱਛੀਆਂ। ਵਾਹਿਗੁਰੂ ਵਾਹਿਗੁਰੂ ਮਿਹਰ ਕਰੀ ਬਾਬਾ। ਦਰਸ਼ਨ ਕਰ ਲਓ ਜੀ ਗੁਰਦੁਆਰਾ ਪੰਜਾ ਸਾਹਿਬ ਦੇ, ਹਸਨ ਅਬਦਾਲ ਹੈ ਸ਼ਹਿਰ ਨੂੰ ਹਸਨ ਅਬਦਾਲ। ਅੱਛਾ ਅੱਛਾ, ਠੀਕ ਹੈ, ਪ੍ਰਕਾਸ਼ ਗੁਰਪੁਰਬ ਆ ਰਿਹਾ ਦਿੱਲੀ, ਠੀਕ ਹੈ, ਓਕੇ ਹੈ, ਬਹੁਤ ਵਧੀਆ। ਹਾਂ ਸਿੰਘਾਂ ਦੀ ਹਿਸਟਰੀ ਤਾਂ ਪਤਾ ਨਹੀਂ, ਇਹ ਬਾਬਾ ਕਰਮ ਸਿੰਘ ਪ੍ਰਤਾਪ ਸਿੰਘ ਜਿਹੜੇ ਦੋਵਾਂ ਸਿੰਘਾਂ ਨੇ ਸ਼ਹੀਦੀ ਜਿਹੜੀ ਰੇਲ ਦੇ ਮੂਹਰੇ ਹੈ ਸਟੇਸ਼ਨ ਦੇ ਉੱਤੇ, ਹਾਂਜੀ ਹਾਂਜੀ, ਇਹਨਾਂ ਨੂੰ ਸ਼ਹੀਦੀ ਪ੍ਰਾਪਤ ਕਰਕੇ ਉਹਨਾਂ ਦੀ ਬਿਲਕੁਲ ਫੋਟੋ ਲੱਗੀ ਲੰਗਰ ਆ ਗਏ। ਇੱਥੋਂ ਰੇਲਵੇ ਸਟੇਸ਼ਨ ਕਿੰਨੀ ਕੁ ਦੂਰ ਹੈ ਬਾਬਾ ਜੀ? ਕੋਈ 1.5 ਕਿਲੋਮੀਟਰ। ਅੱਛਾ ਜੀ, ਪਾਣੀ ਹਰ ਵੇਲੇ ਚੱਲਦਾ ਰਹਿੰਦਾ ਕਹਿੰਦੇ ਜੀ ਇਹ। ਉਹ ਬਲੀ ਗਧਾਰੀ ਦੀ ਆ ਉੱਪਰ ਦੂਜੀ ਬਾਜ਼ਾਰ, ਉਹ ਉੱਪਰ ਪਹਾੜ ਦੇ ਉੱਪਰ, ਹੁਣ ਉੱਥੇ ਨਹੀਂ ਜਾਣ ਦਿੰਦੇ ਇਸ ਵੇਲੇ, ਦੂਰ ਹੈ ਇੱਥੋਂ, ਇੱਥੋਂ ਮੀਲ ਕਦਾ ਹੋਣਾ ਉੱਚੇ ਥਾਂ, ਉਹ ਜਿੱਥੇ ਟਾਵਰ ਦਿਸਦੇ ਆ ਉਹ ਬਲੀ ਗਧਾਰੀ ਦੀ ਜਗ੍ਹਾ ਹੈ। ਗੁਰੂ ਦਾ ਲੰਗਰ ਆ ਜੀ, ਹਾਂ ਇਸ ਗੁਰਦੁਆਰੇ ਦੀ ਹਿਸਟਰੀ ਹੈ ਜੀ। ਇੱਥੇ ਰੇਲ ਮੂਹਰੇ ਸਿੱਖ ਬਹਿ ਗਏ ਸੀਗੇ, ਫਿਰ ਇੱਥੇ ਕਹਿੰਦੇ ਰੇਲ ਆਪੇ ਰੁਕ ਗਈ ਸੀ, ਉਹਨੇ ਰੇਲ ਨੂੰ ਰੁਕਣਾ ਪਿਆ ਸੀ ਬਾਬਾ ਜੀ ਦੀ ਸ਼ਕਤੀ ਨਾਲ। ਪਰਿਵਾਰ ਹੈਗਾ? ਇੱਕ ਬੇਟਾ। ਅੱਛਾ, ਇੱਕ ਬੇਟਾ। ਅੱਛਾ, ਕਿੰਨੀ ਉਮਰ? ਭਾਗਾਂ ਨਾਲ ਮਿਲਦੀਆਂ ਜੀ ਚੀਜ਼ਾਂ।
ਸਿਆਲਕੋਟ ਵਾਲੀ ਮੋਟਰਵੇ 'ਤੇ ਜਦੋਂ ਚੜ੍ਹ ਜਾਏਗਾ ਅਤੇ ਉਦੋਂ ਫੋਨ ਕਰਨਾ ਉਹਨਾਂ ਨੂੰ ਕਿ ਜੀ ਮੈਂ